ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਹੀ ਪੇਰੇ YouTube ਚੈਨਲ ਆਰਕੀਸਟਰੀ ਐਗਜ਼ਾਮ ਦੇ ਵਿੱਚ ਸੋ ਗਾਇਸ ਇਸ ਕਲਾਸ ਦੇ ਵਿੱਚ ਅੱਜ ਆਪਾਂ ਸੋ ਹਿਸਟਰੀ ਨਾਲ ਰਿਲੇਟਡ ਕੁਝ ਜੋ ਕਿ ਰਾਜਵਾਂਸ਼ ਨੇ ਮੁੱਖ ਉਹਨਾਂ ਦੇ ਸੰਸਥਾਪਕ ਨੇ ਉਹ ਆਪਾਂ ਜੀਕੇ ਐਮਐਸਕਿਊ ਵਿੱਚ ਵੇਖਾਂਗੇ ਤੇ ਤੁਹਾਨੂੰ ਇਹ ਸਾਰੇ ਨੇ ਟ੍ਰਿਕ ਦੇ ਨਾਲ ਯਾਦ ਕਰਾਈ ਜਾਣਗੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਸਾਰੀ ਕਨਫਿਊਜ਼ਨ ਰਹਿੰਦੀ ਹੈ ਕੈਂਡੀਡੇਟਸ ਨੂੰ ਕਿ ਕਿਸ ਰਾਜਵਾਂਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਠੀਕ ਹੈ ਤੇ ਇਹਦੇ ਵਿੱਚੋਂ ਇੱਕ ਜਾਂ ਦੋ ਕੁਐਸਚਨ ਜ਼ਰੂਰ ਬਣਦੇ ਨੇ ਪੰਜਾਬ ਦੇ ਇਗਜ਼ਾਮਾਂ ਦੇ ਵਿੱਚ ਠੀਕ ਹੈ ਮੈਂ ਪ੍ਰਸ਼ਨ ਪੇਪਰ ਵੇਖਨੇ ਤੇ ਉਹਨਾਂ ਦੇ ਵਿੱਚ ਕੁਐਸਚਨ ਬਣੇ ਹੋਏ ਨੇ ਤੇ ਉਹਨਾਂ ਦੇ ਮੁਤਾਬਕ ਹੀ ਮੈਂ ਤੁਹਾਨੂੰ ਤਿਆਰੀ ਕਰਾ ਰਿਹਾ ਤਾਂ ਤੁਸੀਂ ਇਸ ਨੂੰ ਅਣਗੌਲੇ ਨਹੀਂ ਕਰੋ ਤਾਂ ਧਿਆਨ ਨਾਲ ਵੇਖਿਓ ਵੀਡੀਓ ਨੂੰ ਤੁਹਾਨੂੰ ਇੱਕ ਇੱਕਾ ਜੋ ਟ੍ਰਿਕ ਦਿਨਾਂ ਯਾਦ ਕਰਾਈ ਜਾਣਗੇ ਤੇ ਬਾਅਦ ਵਿੱਚ ਤੁਹਾਨੂੰ ਇਸ ਦੇ ਵਿੱਚ ਹੀ ਟੈਸਟ ਦਿੱਤਾ ਜਾਏਗਾ ਠੀਕ ਹੈ ਤਾਂ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਤੇ ਤੁਹਾਨੂੰ ਪੀਡੀਐਫ ਉਹ ਟੈਲੀਗ੍ਰਾਮ ਦੇ ਉੱਪਰ ਦੇ ਦਾਂਗੀ ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਕਰੀਓ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਤੇ ਆਓ ਆਪਾਂ ਕਲਾਸਰੂਮ ਸਟਾਰਟ ਕਰਦੇ ਹਾਂ ਵੇਖੋ ਗਾਇਜ਼ ਆਪਣੇ ਕੋਲ ਫਸਟ ਅਜ ਮੈਂ ਕੀ ਠੀਕ ਹੈ ਹਰੀਆੰਕ ਖਾਂਦਨ ਜਨਨ ਕੀ ਹਰੀਆੰਕ ਜੋਹ ਰਾਜਵੰਸ਼ ਸੀ ਉਸ ਦੇ ਸੰਸਥਾਪਕ ਨੇ ਜੀ ਬਿੰਬੀਸਾਰ ਠੀਕ ਹੈ ਤੇ ਕਈ ਵਾਰ ਹੁਣ ਆਪਾਂ ਪੇਪਰ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਸੋ ਬਹੁਤ ਸਾਰੇ ਰਾਜਵੰਸ਼ ਨੇ ਤੇ ਆਪਾਂ ਨੂੰ ਟ੍ਰਿਕ ਦੇ ਨਾਲ ਯਾਦ ਕਰਾਂਗੇ ਦੇਖੋ ਦੇਖੋ ਇਹ ਸ਼ਬਦ ਦੇ ਵਿੱਚ ਆ ਰਿਹਾ ਜੀ ਹਰੀਆੰਕ ਦੇ ਵਿੱਚ ਹਰੀਆ ਹਰੀ ਮੂਰੀ ਤੋਂ ਸ਼ਬਦ ਲੈ ਲਓ ਜਨਨ ਕੀ ਹਰੀ ਭਗਵਾਨ ਕ੍ਰਿਸ਼ਨ ਭਗਵਾਨ ਹੁੰਦੇ ਜਿਵੇਂ ਹਰੀ ਭਗਵਾਨ ਉਹਨਾਂ ਦੀ ਗੱਲ ਕਰ ਰਹੇ ਆਪਾਂ ਕਿਉਂਕਿ ਹਰੀ ਭਗਵਾਨ ਨੇ ਉਹਨਾਂ ਦਾ ਅੱਜ ਤੱਕ ਕੋਈ ਵੀ ਸਾਰ ਨਹੀਂ ਜੱਸਕਿਆ ਸਾਰ ਮਤਲਬ ਉਹਨਾਂ ਦੀ ਕੋਈ ਦਸਤਕ ਪਹੁੰਚ ਨਹੀਂ ਪਾ ਪਾ ਮਤਲਬ ਕਿ ਉਹਨਾਂ ਦੀ ਸਾਰ ਮਤਲਬ ਆਪਾਂ ਕਹਿ ਸਕਦੇ ਹਾਂ ਬੇਸਾਰ ਵੀ ਉਹਨਾਂ ਦਾ ਕੋਈ ਸਾਰ ਨਹੀਂ ਪਾ ਸਕਿਆ ਇਸ ਕਰਕੇ ਉਹ ਬੇਸਾਰ ਨੇ ਬੇਸਾਰ ਕਹਿ ਸਕਦੇ ਹਾਂ ਤਾਂ ਫਿਰ ਕੀ ਬਣ ਗਿਆ ਬੇਸਾਰ ਤੋਂ ਬਿੰਬਿਸਾਰ ਜੋ ਹਰੀ ਭਗਵਾਨ ਨੇ ਠੀਕ ਹੈ ਤੇ ਉਹਨਾਂ ਦਾ ਕੋਈ ਵੀ ਸਾਰ ਨਹੀਂ ਪਾ ਸਕਿਆ ਮਤਲਬ ਕਿ ਬੇਸਾਰ ਨੇ ਹੋ ਬਾਅਦ ਵਿੱਚ ਵੇਖਿਆ ਤੁਹਾਨੂੰ ਟੈਸਟ ਦੇ ਰੂਪ ਵਿੱਚ ਸਾਰਾ ਯਾਦ ਹੋ ਰਿਹਾ ਹੋਵੇਗਾ ਬਸ ਥੋੜੀ ਟ੍ਰਿਕ ਤੁਸੀਂ ਜੀਦ ਕਰ ਲਿਓ ਤੇ ਦੇਖੋ ਨੈਕਸਟ ਆਪਣੇ ਕੋਲ ਇਸੇ ਤਰ੍ਹਾਂ ਨੈਕਸਟ ਆਪਣੇ ਕੋਲ ਨੰਦ ਖਾਨਦਾਨ ਤੇ ਉਹਨੇ ਸੰਸਥਾਪਕ ਨੇ ਮਹਾਪਦਵਨੰਦ ਇਸ ਨੂੰ ਕਿਵੇਂ ਯਾਦ ਰੱਖੀਏ ਆਪਾਂ ਤੇ ਇਸ ਦੇ ਵਿੱਚ ਵੇਖੋ ਆਨੰਦ ਦੇ ਵਿੱਚ ਆਪਾਂ ਸ਼ਬਦ ਲਾ ਲੈਨੇ ਆ ਨੰਦ ਤੋਂ ਆਨੰਦ ਨੰਦ ਆਨੰਦ ਮਿਲ ਖਾਰਿਆਨ ਸ਼ਬਦ ਨੰਦ ਆਨੰਦ ਤੇ ਕੋਈ ਵਿਅਕਤੀ ਹੈ ਉਹ ਆਨੰਦ ਕਦੋਂ ਹੁੰਦਾ ਜਦੋਂ ਉਸ ਨੂੰ ਕੋਈ ਚੀਜ਼ ਅਵਾਰਡ ਦੇ ਵਿੱਚ ਜਾਂ ਪੁਰਸਕਾਰ ਦੇ ਵਿੱਚ ਦਿੱਤੀ ਜਾਂਦੀ ਹੈ ਠੀਕ ਹੈ ਕਿਸੇ ਤਰ੍ਹਾਂ ਕੋਈ ਤੋਹਫਾ ਪ੍ਰਾਪਤ ਹੁੰਦਾ ਤਾਂ ਉਸ ਨੂੰ ਆਨੰਦ ਆ ਜਾਂਦਾ ਹੈ ਕਿਸੇ ਵੀ ਤਰ੍ਹਾਂ ਦਾ ਲਾ ਲਓ ਤੇ ਆਪਾਂ ਇਸ ਟ੍ਰਿਕ ਦੇ ਰੂਲ ਵਿੱਚ ਬਣਾਵਾਂਗੇ ਆਪਾਇ ਦੇਖੋ ਮਹਾਪਦ ਦੇ ਵਿਚਾਰੇ ਪਦਮ ਜਿਵੇਂ ਕਿ ਉਹ ਅਵਾਰਡ ਦਿੱਤੇ ਜਾਂਦੇ ਨੇ ਪਦਮਾਵਾਰਡ ਦਿੱਤਾ ਗਿਆ ਠੀਕ ਹੈ ਤਾਂ ਕਰਕੇ ਉਸ ਨੂੰ ਆਨੰਦ ਆ ਗਿਆ ਆਨੰਦ 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 ਕਿਉਂ ਆਇਆ ਕਿਉਂਕਿ ਉਸ ਨੂੰ ਤੋਹਫਾ ਮਿਲਿਆ ਜੀ ਅਵਾਰਡ ਮਿਲੇ ਪਦਮਾਵਾਰਡ ਮਿਲੇ ਪਦਮ ਦਾ ਠੀਕ ਹੈ ਮਹਾਨ ਵਿਅਕਤੀ ਸੇ ਹੋ ਤਾਂ ਉਹਨਾਂ ਨੂੰ ਪਦਮ ਮਿਲਿਆ ਸੋ ਆਨੰਦ ਆ ਗਿਆ ਉਹਨਾਂ ਨੂੰ ਠੀਕ ਹੈ ਮਹਾਨ ਵਿਅਕਤੀ ਤਬ ਪਦਮ ਅਵਾਰਡ ਮਿਲੇ ਸੋ ਆਨੰਦ ਖੰਡਾਨ ਦੇ ਵਾਲ ਜਣਕ ਜੀ ਮਹਾਪਦਮ ਆਨੰਦ ਇਸ ਤਰ੍ਹਾਂ ਰੀਟ ਕਰ ਲਓ ਤੁਸੀਂ ਯਾਦ ਕਰ ਲਿਓ ਨੈਕਸਟ ਵੇਖੋ ਮੌਰੀਆ ਸਾਮਰਾਜ ਤੇ ਉਹਨਾਂ ਦੇ ਸੰਸਥਾਪਕ ਨੇ ਚੰਦਰਗੁਪਤ ਮੌਰੀਆ ਬਿਲਕੁਲ ਆਸਾਨ ਆ ਯਾਦ ਰੱਖਣਾ ਕੋਈ ਇਸ ਦੇ ਵਿੱਚ ਡਿਫਿਕਲਟੀ ਨਹੀਂ ਹੈ ਤੇ ਆਮ ਹੀ ਗੱਲ ਹੁੰਦੀ ਰਹਿੰਦੀ ਐ ਇਸ ਦੇ ਬੰਦ ਤਾਂ ਠੀਕ ਹੈ ਜੀ ਬਿਲਕੁਲ ਆਸਾਨ ਹੈ ਤਾਂ ਮੌਰੀ ਸਮਰਾਜ ਦੇ ਸੰਸਥਾਪਕ ਚੰਦਰਗੁਪਤ ਮੌਰੀਆ ਦੇਖਦੇ ਆ नेक्स्ट ਆਪਾਂ नेक्स्ट ਗਾਇਸ ਆਪਣੇ ਕੋਲ ਗੁਪਤ ਕਹਾਣਦਾਨ ਜਨਨ ਕਿ ਗੁਪਤ ਰਾਜਵੰਸ਼ ਉਸ ਸੰਸਥਾਪਕ ਨੇ ਸ਼ਿਰੀ ਗੋਪਤ ਆਸਾਨ ਤਾਂ ਹੈ ਗਾਇਸ ਕਈ ਵਾਰ ਆਪਾਂ ਕਨਫਿਊਜ਼ ਹੋ ਜਾਂਨੇ ਪੇਪਰ ਦੇ ਵਿੱਚ ਤੱਕੇ ਮੈਂ ਯਾਦ ਰੱਖੀ ਦੇਖੋ ਇਹ ਤੇ ਸ਼ਬਦ ਆ ਰਿਹਾ ਹੈ ਗੁਪਤ ਗੁਪਤ ਜਨਨ ਕਿ ਸੀਕ੍ਰੀਟ ਸੀਕ੍ਰਟ ਦੇ ਰੂਪ ਵਿੱਚ ਗੁਪਤਰ ਆਪਾਂ ਸ਼ਬਦ ਲੈ ਲੈਨੇ ਆ ਜੇਕਰ ਆਪਾਂ ਨੂੰ ਕਿਸੇ ਦੇ ਖਾਨਦਾਨ ਜਾਂ ਕਿਸੇ ਪਰਿਵਾਰ ਦੇ ਬਾਰੇ ਨਾਂ ਆਪ ਨੂੰ ਨਹੀਂ ਪਤਾ ਤਾਂ ਆਪਾਂ ਕੀ ਕਹਿੰਨੇ ਆ ਉਹਨਾਂ ਨੂੰ ਸ਼੍ਰੀਮਾਨ ਜੀ ਸ਼੍ਰੀ ਠੀਕ ਹੈ ਆਪਾਂ ਨੂੰ ਨਾਂ ਨਹੀਂ ਜਾਣਦੇ ਤਾਂ ਆਪਾਂ ਉਹਨਾਂ ਨੂੰ ਸ਼੍ਰੀ ਕਹਿ ਕੇ ਬੁਲਾਣੇ ਆ ਤਾਂ ਉੱਥੇ ਵੀ ਬਸ ਇਹ ਗੱਲ ਹੋ ਰਹੀ ਹੈ ਸੁਗੁਪਤ ਖਾਨਦਾਨ ਸ਼੍ਰੀ ਆਪਾਂ ਸ਼੍ਰੀ ਕਹਿ ਕੇ ਬੁਲਾਵਾਂਗੇ ਜਦੋਂ ਆਪਾਂ ਨੂੰ ਨਾਂ ਹੀ ਨਹੀਂ ਪਤਾ ਉਹਨਾਂ ਦਾ ਜਾਂ ਖਾਨਦਾਨ ਨਹੀਂ ਪਤਾ ਠੀਕ ਹੈ ਆਪਾਂ ਸ਼੍ਰੀ ਕਹਿ ਕੇ ਬੁਲਾਵਾਂਗੇ ਤਾਂ ਗੁਪਤ ਖਾਨਦਾਨ ਤੋਂ ਬਣ ਜਿਗਾ ਸ਼੍ਰੀ ਗੁਪਤ ਠੀਕ ਹੈ ਨੈਕਸਟ ਵੇਖੋ ਇਸੇ ਤਰ੍ਹਾਂ ਪਾਲ ਰਾਜਵੰਸ਼ ਪਾਲ ਰਾਜਵੰਸ਼ ਠੀਕ ਹੈ ਇਹ ਵੀ ਆਸਾਨ ਹੈ ਦੇਖੋ ਇਸ ਦੇ ਪਿੱਛੇ ਦੋ ਸ਼ਬਦਾਰ ਨੇਪਾਲ ਤੇ ਇਸ ਦੇ ਵਿੱਚ ਵੀ ਪਿੱਛੇ ਦੋ ਸ਼ਬਦਾਰ ਨੇਪਾਲ ਤਾਂ ਇਹ ਰੀਟ ਹੋ ਰਿਹਾ ਜੀ ਇਸ ਨਾਲ ਪਾਲ ਗੋਪਾਲ ਪਾਲ ਗੋਪਾਲ ਬਿਲਕੁਲ ਆਸਾਨ ਹੈ ਯਾਦ ਰੱਖਣਾ ਤੇ ਨੈਕਸਟ ਵੇਖੋ ਆਪਣੇ ਕੋਲ ਨੈਕਸਟ ਗਾਇਸ ਆਪਣੇ ਕੋਲ ਪੱਲਵ ਖਾਨਦਨ ਸੋ ਇਸ ਦੇ ਸੰਸਥਾਪਕ ਮੰਨਗੇ ਨੇ ਜਨਨ ਕੀ ਵਾਨੀਦਰੂਪ ਵਿੱਚ ਸਿੰਘ ਵਿਸ਼ਨੂੰ ਤਾਂ ਵੀ ਆਸਾਨ ਹੈ ਬਿਲਕੁਲ ਯਾਦ ਰੱਖਣਾ ਦੇਖੋ ਆਪਾਂ ਕਿਵੇਂ ਯਾਦ ਰੱਖੀ ਇਸ ਨੂੰ ਸੋ ਪੱਲਵ ਦੇ ਵਿੱਚ ਸ਼ਬਦਾਰ ਹੈ ਜੀ ਪੱਲ ਠੀਕ ਹੈ ਸੋ ਪੱਲ ਨੂੰ ਬਣਾ ਲੈ ਆਪਣੇ ਪੱਲਾ ਜਿਵੇਂ ਕਿ ਲੜ ਹੁੰਦਾ ਆਪਣਾ ਕਿਸੇ ਵੀ ਤਰ੍ਹਾਂ ਦਾ ਚੁੰਨੀ ਦਾ ਲਾ ਲਓ ਕਿਸੇ ਵੀ ਤਰ੍ਹਾਂ ਦਾ ਲਾ ਲਓ ਪਰਿਥਿਆ ਪੱਲਾ ਲੈ ਰਹੇ ਹਾਂ ਸੋ ਜ਼ਿੰਦਗੀ ਦਾ ਜ਼ਿੰਦਗੀ ਦਾ ਪੱਲਾ ਠੀਕ ਹੈ ਸੋ ਜ਼ਿੰਦਗੀ ਦਾ ਪੱਲਾ ਕੀ ਹੈ ਉਹ ਪਾ ਕਰ ਰਹੇ ਹਾਂ বিষ্ণੂ ਦੇ ਨਾਲ ਕਿ ਜੋ ਆਪਣਾ ਜ਼ਿੰਦਗੀ ਦੀ ਲਾਈਫ ਹੈ ਜਨਕੀ ਪੱਲਾ ਉਹ ਉਹ বিষ্ণੂ ਨਾਲ ਜੋੜ ਕੇ ਰੱਖੋ ਤਾਂ ਆਪਣੀ ਲਾਈਫ ਦੇ ਵਿੱਚ ਕੋਈ ਕੁਝ ਨਹੀਂ ਵਿਗਾੜ ਸਕੇਗਾ ਠੀਕ ਹੈ ਸੋ ਆਪਣਾ ਪੱਲਾ ਜੋ বিষ্ণੂ ਦੇ ਨਾਲ বিষ্ণੂ ਭਗਵਾਨ ਦੇ ਜੋ ਉਸਦੇ ਨਾਲ ਲੇਟ ਕਰ ਰਹੇ ਹਾਂ ਆਪਾਂ ਸੋ বিষ্ণੂ ਭਗਵਾਨ ਦੇ ਨਾਲ ਆਪਣਾ ਪੱਲਾ ਜੋੜ ਕੇ ਰੱਖੋ ਸਗਰ ਠੀਕ ਹੈ ਆਪਣਾ ਸਿਰਾ ਜੋ বিষ্ণੂ ਭਗਵਾਨ ਦੇ ਅੱਗੇ ਝੁਕਾਉਂਦੇ ਰਹੋ ਤਾਂ ਕੋਈ ਵੀ ਬਾੜਵਿੰਗਾ ਨਹੀਂ ਹੋਵੇਗਾ ਠੀਕ ਹੈ ਇਹ ਟ੍ਰਿਕ ਤੌਰ ਤੇ ਆਪਾਂ ਯਾਦ ਕਰ ਰਹੇ ਹਾਂ ਸੁਪਲ ਪਲਵ ਤੋਂ ਪੱਲਾ ਸੁਪਲਵ ਖੰਦਨ ਸਿੰਘ ਵਿਸ਼ਨੂੰ ਸੰਸਥਾਪਕ ਨੇ ਇਸ ਦੀ ਨੈਕਸਟ ਵੇ ਕੋਈ ਇਸੇ ਤਰ੍ਹਾਂ ਸਤਵਹਨ ਜਿਸ ਨੇ ਸੰਸਥਾਪਕ ਨੇ ਸੀਮੁਖ ਦੇਖੋ ਸਤਵਹਨ ਵੈਸੇ ਤਾਂ ਆਵਾਜ਼ ਆ ਰਹੀ ਹੈ ਇਹਦੇ ਵਿੱਚੋਂ ਸਤ ਸੀਮੁਖ ਸਤ ਸੀਮੁਖ ਪਰ ਫਿਰ ਵੀ ਆਪਾਂ ਦੇਖੋ ਸਤ ਸਤੋਲਾ ਲਓ ਪਰ ਸਤ 7 ਵਹਨ ਜੋ ਆਪਣੇ ਗੱਡੀ ਮੋਟਰਕਾਰ ਕੋਈ ਹੁੰਦੀ ਆਪਣੇ ਕੋਲ ਮੋਟਰਸਾਈਕਲ ਠੀਕ ਹੈ ਕੁਝ ਵੀ ਲਗਾ ਲੋ ਤਾਂ ਕੋਈ ਵਿਅਕਤੀ ਹੈ ਉਹ ਸੱਤ ਬਹਾਨ ਲੈ ਕੇ ਗਿਆ ਕੀ ਲੈਣ ਗਿਆ ਉਹ ਉਹ ਸਿਮ ਲੈਣ ਗਿਆ ਦੇਖੋ ਸਿਮੂਕ ਦੇ ਵਿਚਾਰਾ ਸਿਮ ਸਿਮੂ ਸਿਮ ਸਿਮੂ ਸਿਮੂ ਠੀਕ ਹੈ ਇਸ ਦੇ ਵਿੱਚ ਆਵਾਜ਼ ਆ ਰਹੀ ਹੈ ਸੋ ਸੱਤ ਬਹਾਨ ਲੈ ਕੇ ਆਪਾਂ ਕੋਈ ਵੀ ਕਿਸੇ ਵੀ ਦੁਕਾਨ ਤੇ ਸ਼ੌਪ ਤੇ ਜਾਂਦੇ ਆ ਤਾਂ ਆਪਾਂ ਕੋਈ ਦਾ ਕੋਈ ਬਹਾਨ ਲੈ ਕੇ ਜਾਂਦੇ ਆ ਪਰ ਕੋਈ ਕੀ ਵਿਅਕਤੀ ਹੈ ਉਹ ਸੱਤ ਬਹਾਨ ਲੈ ਕੇ ਗਿਆ ਠੀਕ ਹੈ ਬੇਸ਼ੱਕ ਉਹ ਕੱਲਾ ਨਾ ਚਲਾਉਂਦਾ ਹੋਵੇ ਚਲ ਕੋਈ ਵੀ ਕਿਸੇ ਵਿਅਕਤੀ ਨਾਲ ਲੱਗ ਗਿਆ ਯਾਰ ਦੋਸਤਾਂ ਨਾਲ ਲੱਗ ਗਿਆ ਠੀਕ ਹੈ ਉਹ ਸੱਤ ਬਹਾਨ ਲੈ ਕੇ ਗਿਆ ਕੀ ਲੈ ਕੇ ਲੈਣ ਗਿਆ ਸਿਰਫ ਸਿਮ ਸਤਵਾਹਨ ਲੈ ਕੇ ਸਿਰਫ ਸਿਮ ਲੈਣ ਗਿਆ ਇਸ ਤਰ੍ਹਾਂ ਯਾਦ ਰੱਖ ਲੋ ਤੁਸੀਂ ਇਸ ਨੂੰ ਸੋ ਸਤਵਾਹਨ ਦੇ ਸੰਸਥਾਪਕ ਨੇ ਸੀਮੋਕ ਸਿਮ ਦੇਖਦੇ ਨੇ ਨੈਕਸਟ ਆਪਾਂ ਗਾਈਸ ਨੈਕਸਟ ਗਾਈਸ ਆਪਣੇ ਕੋਲ ਚੋਲ ਰਾਜਵੰਸ਼ ਉਹਦੇ ਸੰਸਥਾਪਕ ਨੇ ਵਿਜ਼ਿਆਲਿਆ ਦੇਖੋ ਚੋਲ ਰਾਜਵੰਸ਼ ਆ ਰਹੇ ਨਾ ਸੋ ਚੋਲ ਤੋਂ ਆਪਾਂ ਬਣਾ ਲਏ ਚਾਵਲ ਚੋਲ ਤੋਂ ਚਾਵਲ ਜੋ ਆਪਾਂ ਚਾਵਲ ਖਾਣੇ ਆ ਠੀਕ ਹੈ ਸੋ ਹੁਣ ਆਪਾਂ ਘਰ ਦੇ ਵਿੱਚ ਚਾਵਲ ਬਣਾਉਣੇ ਆ ਕਈ ਵਾਰ ਆਪਣੇ ਘਰ ਦੇ ਵਿੱਚ ਕਿਹਿੰਦਾ ਚਾਵਲ ਨਹੀਂ ਹੁੰਦੇ ਤਾਂ ਆਪਣੇ ਮਾਤਾ ਜੀ ਕਹਿੰਦੇ ਨੇ ਕਿ ਸ਼ਾਰਚੋਂ ਵਿਜੋ ਲਿਆ ਠੀਕ ਹੈ ਦੇਖੋ ਇੱਥੇ ਵਿੱਚ ਵਿਜਾਲੇ ਦੇ ਵਿੱਚ ਵੀ ਐਵੇਂ ਹੈਗਾ ਤਾਂ ਆਪਣੇ ਬੱਚੇ ਨੂੰ ਕੀ ਕਹਿੰਦੀ ਹੈ ਮਾਤਾ ਵੇ ਜਾ ਚੋਲਿਆ ਵੇ ਜਾ ਚੋਲਿਆ ਵੇ ਜਾ ਚੋਲਿਆ ਦੇਖੋ ਬਣ ਗਿਆ ਨਾ ਇਸ ਤਰ੍ਹਾਂ ਸੋ ਚੋਲ ਰਾਜਵੰਸ਼ ਦੇ ਸੰਸਥਾਪਕ ਨੇ ਵਿਜਾ ਲਿਆ ਵਿਜਾ ਲਿਆ ਕੀ ਲਿਆ ਚੋਲ ਲਿਆ ਵਿਜਾ ਲਿਆ ਕੀ ਲਿਆ ਚੋਲ ਲਿਆ ਦੇਖੋ ਬਿਲਕੁਲ ਰੈਟ ਹੋ ਰਿਹਾ ਨਾ ਤਾਂ ਇਸ ਤਰ੍ਹਾਂ ਯਾਦ ਕਰ ਲਿਓ ਇਸ ਨੂੰ ਚੋਲ ਰਾਜਵੰਸ਼ ਦੇ ਸੰਸਥਾਪਕ ਨੇ ਵਿਜਾ ਲਿਆ ਨੈਕਸਟ ਆਪਣੇ ਕੋਲ ਗਾਇਸ ਚੋਹਾਨ ਰਾਜਵੰਦ ਖਾਨਦਾਨ ਠੀਕ ਹੈ ਜਿੰਨ ਦੀ ਰਾਜਵੰਦ ਕਹਿ ਸਕਦੇ ਆਪਾਂ ਚੋਹਾਨ ਖਾਨਦਾਨ ਦੇਖੋ ਚੋਹਾਨ ਦੇ ਵਿੱਚੋਂ ਬਣਾ ਦਿੰਨੇ ਆਪਾਂ ਤੇ ਜਿਹੜੇ ਸੰਸਥਾਪਕ ਨੇ ਵਾਸੂਦੇਵ ਇਹ ਕਿਵੇਂ ਯਾਦ ਰੱਖੀ ਹੁਣ ਆਪਾਂ ਚੋਹਾਨ ਦੇ ਵਿੱਚੋਂ ਬਣਾਉਣੇ ਆਪਾਂ ਚੋਹਾਨ ਜਣ ਕਿ ਚਾਰ ਚਾਰੇ ਪਾਸੇ ਹਾਨੀ ਹੋਣੀ ਚੋਹਾਨ ਚਾਰੇ ਪਾਸੇ ਹਾਨੀ ਚੋਹਾਨ ਚਾਰੇ ਪਾਸੇ ਹਾਨੀ ਹੋ ਗਈ ਤਾਂ ਮਤਲਬ ਕੀ ਹੈ ਤਾਂ ਉਸ ਦੇ ਮਤਲਬ ਘਰ ਦੇ ਵਿੱਚ ਵਾਸਾ ਨਹੀਂ ਹੋ ਰਿਹਾ ਕੋਈ ਵੀ ਚੀਜ਼ ਲਿਆਉਂਦਾ ਉਹ Haanì haanì ਾਂ ਉਸ ਦੇ ਚੀਜ਼ ਵਿੱਚ ਤਾਂ ਬਾਸਾ ਨਹੀਂ ਹੋ ਰਿਹਾ ਮਤਲਬ ਕਿ ਹਾਨੀ ਹਾਨੀ ਹੋ ਰਹੀ ਹੈ ਤਾਂ ਵਾਸੂ ਤਾਂ ਵਾਸੂ ਬਣ ਜੇਗਾ ਠੀਕ ਹੈ ਜੇ ਚਾਰੇ ਪਾਸੇ ਜਦੋਂ ਹਾਨੀ ਹੋ ਰਹੀ ਇਸ ਦੇ ਘਰ ਦੇ ਵਿੱਚ ਤਾਂ ਉਸ ਦੇ ਘਰ ਵਿੱਚ ਉਸ ਦਾ ਬਾਸਾ ਨਹੀਂ ਹੋ ਰਿਹਾ ਮੰਨ ਲਓ ਕਿ ਆਪਾਂ ਕਹਿੰਦੇ ਹਾਂ ਉਸ ਘਰ ਦੇ ਵਿੱਚ ਡਿਵਲਪ ਨਹੀਂ ਹੋ ਰਹੀ ਜਿਹੜੀ ਤਰੱਕੀ ਨਹੀਂ ਕਰ ਰਹੇ ਆਪਾਂ ਉਸ ਨੂੰ ਕਹ ਰਹੇ ਆਂ ਵੀ ਉਸ ਦੇ ਘਰ ਵਿੱਚ ਬਾਸਾ ਨਹੀਂ ਹੋ ਰਿਹਾ ਵਾਸੂ ਤਾਂ ਬਣ ਜੇਗਾ ਵਾਸੂ ਠੀਕ ਹੈ ਜਦੋਂ ਚਾਰੇ ਪਾਸੇ ਹਾਨੀ ਹਾਨੀ ਹੋਣਗੀ ਉਸ ਦੇ ਵਿੱਚ ਮਤਲਬ ਕਿ ਆਪਾਂ ਜਿਵੇਂ ਕਹਿੰਦੇ ਆਂ ਘਰ ਜੁੜਦਾ ਨਹੀਂ ਹੈਗਾ ਉਸ ਦਾ ਬਿਲਕੁਲ ਸਿੰਪਲ ਪੱਛ ਤੇ ਵੀ ਦੱਸ ਰਹੇ ਆਂ ਇਹ ਵੀ ਕੋਈ ਸਦਕਰ ਵਿੱਚ ਵਸਦਾ ਨਹੀਂ ਹੈ ਆਪਾਂ ਕਹਿ ਦਿੰਦੇ ਆ ਪੰਜਾਬੀ ਭਾਸ਼ਾ ਦੇ ਵਿੱਚ ਵਿਉਸਤਕਰ ਵਿੱਚ ਐਡਾ ਵਾਸਾ ਨਹੀਂ ਗਿਆ ਠੀਕ ਹੈ ਵੀ ਤਰੱਕੀ ਨਹੀਂ ਕਰ ਪਾ ਰਹੇ ਹੈ ਨਾ ਤਾਂ ਆਪਾਂ ਕਹਿੰਦੇ ਜਦੋਂ ਹਾਨੀ ਹੋ ਰਹੀ ਹੈ ਚਾਰੇ ਪਾਸੇ ਚੋਹਾਨ ਚਾਰੇ ਪਾਸੇ ਹਾਨੀ ਹੋ ਰਹੀ ਹੈ ਕਿਉਂਕਿ ਇਸ ਦੇਕਰ ਵਿੱਚ ਵਾਸਾ ਨਹੀਂ ਹੋ ਰਿਹਾ ਵਿਚਾਰੇ ਦਾ ਠੀਕ ਹੈ ਸੋ ਚੋਹਾਨ ਖਾਨਦਾਨ ਦੇ ਜੋ ਸਤਪਕ ਨੇ ਵਾਸੂਦੇਵ ਨੈਕਸਟ ਵੇਖੋ ਆਪਣੇ ਕੋਲ ਗੁਲਾਮ ਰਾਜਵੰਸ਼ ਤੇ ਗੁਲਾਮ ਵਿਮਾਨ ਸ਼ਾਸਤ ਦੇ ਸਤਪਕ ਨੇ ਕুতਬਦੀਨ ਐਬਿਕ ਇਹਦਾ ਸਾਨਾ ਯਾਦ ਰੱਖਣਾ ਪਰ ਫਿਰ ਵੀ ਆਪਾਂ ਟ੍ਰਿਕ ਲਗਾ ਕੇ ਦੇਖਦੇ ਆਂ देखो गुलाम राजवंश ਦੇ ਵਿੱਚ ਸ਼ਬਦ ਆ ਰਿਹਾ ਹੈ ਗੁਲਾਮ ਗੁਲਾਮਾ ਪਕ ਨੂੰ ਦਾਸਾਂ ਨੂੰ ਕਹਿ ਦਿੰਨੇ ਆਂ ਕਈ ਵਾਰ ਠੀਕ ਹੈ ਪਲੀਜ਼ ਡੋਟ ਮਾਈਂਡ ਇਹ ਤੁਹਾਨੂੰ ਸਿਰਫ ਟ੍ਰਿਕ ਦੇ ਲਈ ਯਾਦ ਕਰਾਉਣ ਲਈ ਹੈ ਠੀਕ ਹੈ ਗਾਇਸ ਕਿਸੇ ਨਹੀਂ ਮਾਈਂਡ ਵੀ ਨਹੀਂ ਕਰਨਾ देखो ਕਲਾਮ ਹੁੰਦੇ ਸੀ ਉਹ ਪੁਰਾਣੇ ਸਮੇਂ ਦੇ ਵਿੱਚ ਠੀਕ ਹੈ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਪਹਿਲਾਂ ਉਹ ਕੁੱਤਿਆਂ ਦੀ ਤਰ੍ਹਾਂ ਜ਼ਿੰਦਗੀ ਆਉਂਦੀ ਸੀ ਠੀਕ ਹੈ ਜਿਦ ਤਰ੍ਹਾਂ ਰਾਜੇ ਹੁੰਦੇ ਸੀ ਹੁਕਮ ਲਗਾਉਂਦੇ ਸੀ ਉਹਨਾਂ ਦੇ ਉੱਪਰ ਉਹਨਾਂ ਨੂੰ ਉਮੀ ਕੰਮ ਕਰਨਾ ਪੈਂਦਾ ਸੀ ਦੇਖੋ ਇਹਦੇ ਵਿੱਚ ਸ਼ਬਦ ਆ ਰਿਹਾ ਹੈ ਕੁਤਬਦੀਨ ਦੇ ਵਿੱਚ ਕੁੱਤ ਠੀਕ ਹੈ ਸੋਤਰਾ ਸ਼ਬਦ ਆ ਰਿਹਾ ਜੀ ਕੁੱਤ ਸੋਨ ਨੂੰ ਕੁੱਤ ਠੀਕ ਹੈ ਉਹਨਾਂ ਦੇ ਪਰ ਬਹੁਤ ਸਾਰੇ ਜ਼ੁਲਮ ਢਾਈ ਜਾਂਦੀ ਸੀ ਮਤਲਬ ਕਿ ਉਹਨਾਂ ਨੂੰ ਕੁੱਤੇਂਦਰਾ ਜੀਣਾ ਪੈ ਰਿਆ ਸੀ ਸਭ ਗੁਲਾਮ ਰਾਜਮਸ਼ ਦੇ ਸੰਸਤਾਪਕ ਸੀ ਕੁਤਬਦੀਨ ਐਬਕ ਨੈਕਸਟ ਵੇਖਦੇ ਆਪਾਂ ਨੈਕਸਟ ਵੇਖੋ ਗਾਇਸ ਖਿਲਜੀ ਖਾਨਦਾਨ ਸੰਸਥਾਪਕ ਨੇ ਇਸ ਨੇ ਜਲਾਲਉਦੀਨ ਫਿਰੋਜ਼ ਖਿਲਜੀ ਤਾਂ ਵੇਖੋ ਇਸ ਨੂੰ ਕਿਵੇਂ ਯਾਦ ਰੱਖੀਏ ਸੋ ਖਿਲਜੀ ਖਾਨਦਾਨ ਖਿਲਜੀ ਦੇ ਵਿੱਚੋਂ ਆਪਾਂ ਦੋ ਸ਼ਬਦ ਲੈ ਲੈਣਾ ਖਿਲ ਲੋਕ ਕਿਸੇ ਦੀ ਖਿੱਲੀ ਉਡਾਈ ਜਾਂਦੀ ਹੈ ਜਿਵੇਂ ਕਿ ਹਾਂ ਸਿਮ ਜਾਕ ਉਡਾਈ ਜਾਂਦੀ ਹੈ ਕੋਈ ਪਾਰਟੀ ਬੈਠੀ ਹੁੰਦੀ ਯਾਰਾਂ ਦੋਸਤਾਂ ਦੀ ਠੀਕ ਹੈ ਇਸੇ ਤਰ੍ਹਾਂ ਤੀਕੋ ਜੋ ਖਿੱਲੀ ਉਡਾਈ ਜਾਂਦੀ ਹੈ ਉਸ ਦੀ ਤਾਂ ਦੂਸਰਾ ਵਿਅਕਤੀ ਕੀ ਕਰਦਾ ਉਹ ਜਲਣ ਲੱਗ ਜਾਂਦਾ ਵੀ ਮੇਰੀ ਜਿਆਦਾ ਜੋ ਕਿੱਲੀ ਹੈ ਜੋ ਉਡਾਈ ਜਾ ਰਹੀ ਹੈ ਮੇਰੀ ਹਾਂਸੀ ਜਿਆਦਾ ਉਡਾਈ ਜਾ ਰਹੀ ਹੈ ਠੀਕ ਹੈ ਅੰਦਰੋਂ ਅੰਦਰ ਹੀ ਉਹ ਮੁੰਡਾ ਚੁਰਨ ਲੱਗ ਜਾਂਦਾ ਜਾਨਕੀ ਜਲਣ ਮਹਿਸੂਸ ਕਰਨ ਲੱਗ ਜਾਂਦਾ ਠੀਕ ਹੈ ਵੀ ਮੇਰੀ ਜਿਆਦਾ ਜੋ ਹਾਂਸੀ ਉਡਾਈ ਜਾ ਰਹੀ ਹੈ ਮੇਰੀ ਖਿੱਲੀ ਜਿਆਦਾ ਉਡਾਈ ਜਾ ਰਹੀ ਹੈ ਤੇ ਜਲਣ ਤੋਂ ਬਣ ਜੀਗਾ ਜਲਾਲ ਜਲਲ ਜਲਾਲ ਦੇਖੋ ਐਥਲੀਟ ਹੋ ਰਹੇ ਨਾ ਸੋ ਖਿੱਲੀ ਤੋਂ ਜਲਾਲ ਜਲਨ ਜਲਨ ਤੋਂ ਬਣ ਜੀਗਾ ਜਲਾਲੁਦੀਨ ਬਸ ਥੋੜੀ ਟ੍ਰਿਕ ਦੀ ਯੂਜ਼ ਆਪਾਂ ਨੂੰ ਤਾਂ ਜੋ ਖਿਲਦੂ ਪਤਾ ਲਿਖਿਆ ਖਿਲੀ ਉੜਾਈ ਤੀ ਤਾਂ ਕਿ ਉਹ ਉਸ ਨੂੰ ਜਲਨ ਹੋਣ ਲੱਗੀ ਸੀ ਤੇ ਜਲਨ ਤੋਂ ਵੱਲ ਜੀਗਾ ਜਲਾਲ ਜਲਾਲਉਦੀਨ ਫਿਰੋਜ਼ ਖਿਲਜੀ ਠੀਕ ਹੈ ਇਸ ਦਾ ਯਾਦ ਕਰ ਲਿਓ ਤੇ ਵੇਖਿਓ ਨੈਕਸਟ ਆਪਣੇ ਕੋਲ ਨੈਕਸਟ ਗਾਈਜ਼ ਤੁੰਗਲਖ ਖਾਨਦਾਨ ਤੇ ਸੰਸਥਾਪਕ ਨੇ ਗਿਆਸੂਦੀਨ ਤੁੰਗਲਖ ਦੇਖੋ ਤੁੰਗਲਖ ਦੇ ਵਿੱਚ ਸ਼ਬਦ ਆ ਰਿਹਾ ਗਲ ਤੁੰਗਲਖ ਗਲ ਤੁੰਗਲ ਠੀਕ ਹੈ ਗਲ ਤੋਂ ਜੋ ਕੋਈ ਵੀ ਆਪਾਂ ਸਬਜ਼ੀ ਜਾਂ ਕੋਈ ਫਲ ਫਰੂਟ ਲੈਨੇ ਆ ਤਾਂ ਕੀ ਹੁੰਦਾ ਗਲ ਜਾਂਦਾ ਹੈ ਕਿਉਂ ਗਲ ਜਾਂਦਾ ਕਿਉਂਕਿ ਆਪਾਂ ਖਾਸ ਦਿਨ ਰੱਖਾਂਗੇ ਜਦੋਂ ਚਾਰ ਪੰਜ ਦਿਨ ਰੱਖ ਲਿਆ ਤਾਂ ਕੀ ਹੁੰਦਾ ਗਲ ਜਾਂਦਾ ਠੀਕ ਹੈ ਗਲ ਗਿਆ ਆਪਾਂ ਕਹਿ ਦਿੰਨੇ ਆ ਠੀਕ ਹੈ ਹੁਣ ਤਾਂ ਗਿਆ ਏ ਸੋ ਗਲ ਗਿਆ ਆਪਾਂ ਕੀ ਰੱਖਿਆ ਖਾਸ ਦਿਨ ਰੱਖਿਆ ਤਾਂ ਉਹ ਗਲ ਗਿਆ ਦੇਖੋ ਉਹ ਕਿੰਨੇ ਦਿਨ ਦੇ ਵਿੱਚ ਵੀ ਕੀ ਆ ਗਿਆ ਗਿਆ ਗਲ ਗਿਆ ਠੀਕ ਹੈ ਕਿਉਂ ਗਲ ਗਿਆ ਕਿਉਂਕਿ ਉਹ ਖਾਸ ਦਿਨ ਦਿਨ ਤੋਂ ਬਣ ਕੇ ਪੰਦੀਨ ਖਾਸ ਦਿਨ ਰੱਖਿਆ ਤਾਂ ਉਹ ਫਲ ਆ ਜੋ ਫਰੂਟ ਆਪਣਾ ਉਹ ਗਲ ਗਿਆ ਤੇ ਦੇਖੋ ਇਹ ਵੀ ਸਾਨੀ ਨਾਲ ਯਾਦ ਹੋ ਜਾਏਗਾ ਸੋ ਤੁੰਗਲ ਖਾਨਦਾਨ ਦੇ ਜੋ ਸੰਸਥਾਪਕ ਨੇ ਗਿਆਸੂ ਦਿਨ ਤੁੰਗਲਕ ਤਗ ਗਿਆ ਕੀ ਗਿਆ ਸੋ ਗਲ ਠੀਕ ਹੈ ਕਈ ਦਿਨ ਰੱਖਿਆ ਆਪਣੇ ਫਰੂਟ ਉਹ ਗਲ ਗਿਆ ਤਾਂ ਬਣ ਗਿਆ ਗਿਆ ਸੁਤਿੰ ਤੁੰਗਲਕ ਨੈਕਸਟ ਆਪਣੇ ਕੋਲ ਸਹਿਜਤ ਖਾਨਦਨ ਸੰਸਥਾਪਕ ਨੇ ਖিজਰ ਖਾਨ ਸਹਿਜਤ ਉਹ ਬਣਾ ਲਓ ਆਪਾਂ ਸ਼ਾਇਦ ਦੇਖੋ ਆਪਣੇ ਕੋਲ ਥੋੜੀ ਥੋੜੀ ਵਾਇਸ ਵੋਇਸ ਆ ਰਹੀ ਹੈ ਨਾ ਆਪਣੇ ਕੋਲ ਸਹਿਜਤ ਸ਼ਾਇਦ ਸਹਿਜਤ ਸ਼ਾਇਦ ਤਾਂ ਆਪਾਂ ਮੰਨ ਲਓ ਕਿ ਜੋ ਸਹਿਜਤ ਖਾਨਦਨ ਸੀ ਜਨਨ ਕਿ ਸਹਿਜਤ ਰਾਜਵੰਸ਼ੀ ਜੋ ਉਹ ਕੀ ਹੰਦੀ ਖਿਜਕੇ ਰਹਿੰਦੇ ਸੀ ਸੰਸਥਾਪਕ ਨੇ ਖিজਰ ਖਾਨ ਖਿਜਤੋ ਬਣ ਜਗਾ ਖਿਜ਼ਰ ਖਿਜ ਕੇ ਰਹਿੰਦੇ ਸੀ ਕਿਉਂਕਿ ਉਹ ਆਪਣੇ ਆਕਰ ਦੇ ਵਿੱਚ ਹੀ ਠੀਕ ਹੈ ਲੋਕਾਂ ਨੂੰ ਭੜਕਾਉਂਦੇ ਰਹਿੰਦੇ ਸੀ ਆਪਦੇ ਵਿੱਚ ਤਾਂ ਆਪਾਂ ਟ੍ਰਿਕੇ ਤੌਰ ਤੇ ਯਾਦ ਕਰ ਰਹੇ ਹਾਂ ਠੀਕ ਹੈ ਸੋ ਸਜਦ ਰਾਜਵੰਸ ਦੇ ਜੋ ਲੋਕ ਸੀ ਸ਼ਾਇਦ ਉਹ ਖਿਜ ਕੇ ਰਹਿੰਦੇ ਸੀ ਠੀਕ ਹੈ ਸ਼ਾਇਦ ਤੋਂ ਤੁਹਾਨੂੰ ਯਾਦ ਆ ਜਾਏਗਾ ਸ਼ਾਇਦ ਤੋਂ ਸੈਦ ਸੋ ਸ਼ਾਇਦ ਖਾਨਦਾਨ ਦੇ ਵਿੱਚ ਲੋਕ ਸੀ ਸ਼ਾਇਦ ਉਹ ਖਿਜ ਕੇ ਰਹਿੰਦੇ ਸੀ ਤਾਂ ਇਸ ਨੂੰ ਇਸ ਤਰ੍ਹਾਂ ਯਾਦ ਰੱਖ ਲਿਓ ਬਾਕੀ ਤੁਹਾਨੂੰ ਜੇ ਕੋਈ ਟ੍ਰਿਕ ਚੂਜ਼ ਹੁੰਦੀ ਹੈ ਤੁਹਾਨੂੰ ਉਸੇ ਤਰ੍ਹਾਂ ਯਾਦ ਰੱਖ ਸਕਦੇ ਤੁਸੀਂ ਠੀਕ ਹੈ ਦੇਖਦੇ ਆ ਨੈਕਸਟ ਕਾਈਜ਼ ਨੈਕਸਟ ਗਾਈਜ਼ ਆਪਣੇ ਕੋਲ ਲੋਧੀ ਖਾਨਦਾਨ ਸੰਸਥਾਪਕ ਨੇ ਬਹਿਲੋਲ ਲੋਧੀ ਤਾਂ ਵੇਖੋ ਇਹ ਵੀ ਕੋਲ ਆਸਾਨ ਹੈ ਇਸ ਦੇ ਵਿੱਚੋਂ ਵੋਇਸ ਆ ਰਹੀ ਹੈ ਦੇਖੋ ਲੋਧੀ ਲੋ ਲੋ ਠੀਕ ਹੈ ਲੋ ਲੋ ਠੀਕ ਹੈ ਤਾਂ ਲੋਧੀ ਖਾਨਦਾਨ ਦੇ ਜੋ ਸੰਸਥਾਪਕ ਸੀ ਬਹਿਲੋਲ ਲੋਧੀ ਤਾਂ ਇਸ ਨੂੰ ਇਸ ਤਰ੍ਹਾਂ ਯਾਦ ਰੱਖ ਲਿਓ ਸੋ ਠੀਕ ਹੈ ਲੋ ਲੋ ਦੋਨਾਂ ਦੇ ਵਿੱਚ ਆ ਰਹੇ ਨੇ ਨੈਕਸਟ ਵੇਖੋ ਗਾਈਜ਼ ਆਪਣੇ ਕੋਲ ਨੈਕਸਟ ਵਿਜੇਨਗਰ ਸਾਮਰਾਜ ਸੰਸਥਾਪਕ ਨੇ ਹਰੀਆਰ ਤੇ ਬੁੱਕਾ ਦੋ ਬਈਆਂ ਨੇ ਇਹ ਵਿਜੇਨਗਰ ਸਾਮਰਾਜ ਦੀ ਸਥਾਪਨਾ ਕੀਤੀ ਸੀ ਜੇਕਰ ਆਪਾਂ ਨੇ ਕਿਸੇ ਵੀ ਨਗਰ ਤੇ ਵਿਜੇ ਪ੍ਰਾਪਤ ਕਰਨੀ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ ਸੋ ਹਰ ਟਾਈਮ ਆਪਾਂ ਨੂੰ ਹਰੀ ਭਗਵਾਨ ਦਾ ਨਾਮ ਲੈਣਾ ਪਏਗਾ ਹਰ ਟਾਈਮ ਕੀ ਕਰਨਾ ਪਏਗਾ ਹਰ ਭਗਵਾਨ ਦਾ ਨਾਮ ਲੈਣਾ ਪਏਗਾ ਤੇ ਜੇਕਰ ਆਪਾਂ ਨੇ ਯੋਧੇ ਦੇ ਵਿੱਚ ਵਿਜੇ ਪ੍ਰਾਪਤ ਕਰਨੀ ਹੈ ਤਾਂ ਆਪਾਂ ਨੂੰ ਬੁੱਕਾ ਵਗੈਰਾ ਵੀ ਲੈਣਾ ਪਏਗਾ ਹਥਿਆਰ ਵਗੈਰਾ ਵੀ ਲੈਣੇ ਪੈਣਗੇ ਤਾਂ ਬੇਥੋ ਟ੍ਰਿਕ ਬਣ ਕੇ ਦੇਖੋ ਆਪਣੀ ਸੋ ਕਿਸੇ ਵੀ ਨਗਰ ਤੇ ਆਪਾਂ ਨੇ ਜੇਕਰ ਵਿਜੇ ਪ੍ਰਾਪਤ ਕਰਨੀ ਹੈ ਤਾਂ ਆਪਾਂ ਨੂੰ ਕੀ ਕਰਨਾ ਪਏਗਾ ਹਰੀ ਭਗਵਾਨ ਦਾ ਨਾਮ ਲੈਣਾ ਪਏਗਾ ਹਰ ਟਾਈਮ ਹਰੀ ਹਰ देखो हर टाइम हरिहर हर टाइम ਆਪਣਾ ਨਾਮ ਲੈਣਾ ਨਾਲ ਲੈਣਾ ਪਏਗਾ ਤੇ ਨਾਲ ਹੀ ਜੁੱਧੇ ਵਿੱਚ ਆਪ ਨੂੰ ਕੀ ਪਣਾ ਪਏਗਾ ਸੋ ਬੁੱਕਾ ਪਾਣਾ ਪਏਗਾ ਠੀਕ ਹੈ ਆਪਣੇ ਸਰੀਰ ਦੇ ਉੱਪਰ ਸੋ ਬਚਾਅ ਦੇ ਲਈ ਤਾਂ ਇਸ ਦਾ ਤੁਸੀਂ ਯਾਦ ਰੱਖ ਲਿਓ ਠੀਕ ਹੈ ਦੇਖਦੇ ਨੇ ਨੈਕਸਟ ਆਪਾਂ ਨੈਕਸਟ ਗਾਈਜ਼ ਆਪਣੇ ਕੋਲ ਸੁੰਗਵੰਸ਼ ਸੰਸਥਾਪਕ ਨੇ ਪੁਸ਼ਯ ਮਿੱਤਰ ਸੁੰਗ ਤਾਂ ਦੇਖੋ ਇਸ ਨੂੰ ਕਿਵੇਂ ਯਾਦ ਰੱਖੀਏ ਆਪਾਂ ਸੋ ਸੁੰਗ ਜਿੰਨ ਕੀ ਵਾਸ਼ਨਾ ਆਪਾਂ ਜੋ ਕੀ ਚੀਜ਼ ਖਰਾਬ ਹੋਣ ਲੱਗਦੀ ਹੈ ਆਪਾਂ ਜੋ ਨੀਚੇ ਨਿਰਲਾ ਵਿਅਕਤੀ ਹੁੰਦਾ ਕੋਈ ਵੀ ਆਪਣੇ ਘਰ ਦਾ ਮੈਂਬਰ ਹੁੰਦਾ ਹੈ ਜਾਂ ਆਪਣੇ ਕੋਈ ਯਾਰ ਦੋਸਤ ਹੁੰਦਾ ਠੀਕ ਹੈ ਖਾਣੇ ਵੇਲੇ ਆਪਾਂ ਕੀ ਕਹਿੰਦੇ ਆ ਕਿਸ ਨੂੰ ਸੁng ਕੇ ਵੇਖ ਤਾਂ ਦੇਖੋ ਟ੍ਰਿਕ ਦੇ ਨਾਲ ਮੁਤਾਬਕ ਆਪਣੇ ਕੋਲ ਕੌਣ ਹੈ ਜੀ ਮਿੱਤਰ ਠੀਕ ਹੈ ਪੁੱਛਿਆ ਮਿੱਤਰ ਤਾਂ ਆਪਾਂ ਕਿਸ ਨੂੰ ਪੁੱਛਾਂਗੇ ਹੁਣ ਮਿੱਤਰ ਨੂੰ ਪੁੱਛਾਂਗੇ ਸੋ ਕਿਸ ਨੂੰ ਪੁੱਛਿਆ ਪੁੱਛਿਆ ਦਮਣ ਕੇ ਆਪਣੇ ਕੋਲ ਪੁੱਛਿਆ ਸੋ ਮਿੱਤਰ ਨੂੰ ਪੁੱਛਿਆ ਵੀ ਇਹ ਚੀਜ਼ ਖਰਾਬ ਹੋਈ ਤਾਂ ਨਹੀਂ ਸੁng ਕੇ ਵੇਖ ਠੀਕ ਹੈ ਕਿਸ ਨੂੰ ਪੁੱਛਿਆ ਸੁng ਕੇ ਸੋ ਮਿੱਤਰ ਨੂੰ ਆਪਣੇ ਦੋਸਤ ਫਰੈਂਡ ਨੂੰ ਉਸ ਨੂੰ ਪੁੱਛਿਆ ਆਪਾਂ ਨੇ ਵੀ ਇਹ ਚੀਜ਼ ਸੁng ਕੇ ਵੇਖ ਖਰਾਬ ਤਾਂ ਨਹੀਂ ਹੋਈ ਜਿਹੜੀ ਚੀਜ਼ ਆਪਾਂ ਕੋਈ ਟ ਠੀਕ ਹੈ ਉਹ ਕਿਸ ਨੂੰ ਪੁੱਛਦੇ ਆਪਾਂ ਜਾਂ ਆਪਣੇ ਘਰ ਦੇ ਨੂੰ ਪੁੱਛਦੇ ਆ ਜਾਂ ਆਪਣੇ ਦੋਸਤ ਮਿੱਤਰ ਨੂੰ ਤਾਂ ਆਪਾਂ ਮਿੱਤਰ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਕਿਸ ਨੂੰ ਪੁੱਛਿਆ ਸੋ ਪੁੱਛਿਆ ਮਿੱਤਰ ਤਾਂ ਬਿਲਕੁਲ ਹੀ ਆਸਾਨਾ ਯਾਦ ਰੱਖਣਾ ਨੈਕਸਟ ਵੇਖੋ ਗਾਇਸ ਰਾਸ਼ਟ੍ਰ ਕੋਟ ਰਾਸ਼ਟ੍ਰ ਕੋਟ ਦੇ ਸੰਸਥਾਪਕ ਨੇ ਦੰਤੀ ਦੁਰਗ ਦੇਖੋ ਰਾਸ਼ਟ੍ਰ ਕੋਟ ਦੇ ਵਿੱਚ ਜੋ ਸ਼ਬਦ ਆ ਰਿਹਾ ਹੈ ਕੋਟ ਕੋਟ ਦਾ ਮਤਲਬ ਕੁੱਟਣਾ ਠੀਕ ਹੈ ਸੋ ਕੁੱਟਣ ਦੀ ਗੱਲ ਕਰ ਰਹੇ ਆਪਾਂ ਤੇ ਕਿਸੇ ਵਿਅਕਤੀ ਨੂੰ ਕੁੱਟਣਾ ਹੈ ਤਾਂ ਉਹ ਕਹ ਰਿਹਾ ਵੀ ਉਸ ਨੂੰ ਇੰਨਾ ਕੁੱਟ ਕਿ ਉਸ ਦੇ ਜੋ ਦੰਦ ਨੇ ਠੀਕ ਹੈ ਓ ਦੇ ਬਾਹਰ ਆ ਜਾਣ ਕੁੱਟ ਕੁੱਟ ਕੇ ਦੰਦਰੇ ਜੋ ਬਾਹਰ ਆ ਜਾਣ ਦੰਤ ਤੋਂ ਬਣ ਜੇਗਾ ਦੰਤੀ ਦੰਤ ਦੰਤੀ ਦੰਦ ਦੰਤੀ ਠੀਕ ਹੈ ਤੇ ਉਸ ਨੂੰ ਜੋ ਦੁਰਗਾ ਜਾਦਾ ਜੇ ਕੁੱਟਦੇ ਕੁੱਟਦੇ ਨੂੰ ਠੀਕ ਹੈ ਦੁਰਗਾ ਮਾਤਾ ਉਸੇ ਚੀਤੀ ਆ ਜੇ ਇਸ ਤਰ੍ਹਾਂ ਕੁੱਟੋ ਉਸ ਨੂੰ ਨਾਲੇ ਉਹਦੇ ਕੁੱਟਦੇ ਹੋਏ ਦੰਦ ਬਾਹਰ ਆ ਜਾਣ ਤੇ ਉਸ ਨੂੰ ਦੁਰਗਾ ਜਾਦਾ ਜੇ ਸੋ ਦੇਖੋ ਦੋ ਇਹਨਾਂ ਸ਼ਬਦ ਆਪਣੇ ਕੋਲ ਰਿਲੇਟ ਹੋ ਗਏ ਸੋ ਕੁੱਟਣਾ ਉਸ ਨੂੰ ਕਿੰਨਾ ਸੋ ਕਿ ਜਦੋਂ ਕੁੱਟਦੇ ਕੁੱਟਦੇ ਦੰਦ ਨੇ ਜੋ ਬਾਹਰ ਆ ਜਾਣ ਤੇ ਉਹਨੂੰ ਦੁਰਗਾ ਜਾਦਾ ਜੇ ਸੋ ਦੰਦ ਤੋਂ ਦੰਤੀ ਦੁਰਗ ਬਣ ਜੇਗਾ ਰਾਸ਼ਟ੍ਰ ਕੋਟ ਦੀ ਸੰਸਥਾ ਆਪਣੇ ਦੰਤੀ ਦੁਰਗ ਨੈਕਸਟ ਵੀ ਕੋ ਗਾਈਜ਼ ਨੈਕਸਟ ਆਪਣੇ ਕੋ ਲਾਸਟ ਆ ਗਿਆ ਜੀ ਮੁਗਲ ਰਾਜਵੰਸ਼ ਸੰਸਥਾਪਕ ਨੇ ਬਾਬਰ ਠੀਕ ਹੈ ਸੋ ਸਭ ਤੋਂ ਮਹਾਨ ਰਾਜੇ ਮੰਨੇ ਗਏ ਨੇ ਇਹ ਸੋ ਮੁਗਲ ਰਾਜਵੰਸ਼ ਦੇ ਤਾਂ ਇਹਨੂੰ ਤਾਂ ਕੋਈ ਨਹੀਂ ਭੁੱਲ ਸਕਦਾ ਸੋ ਮੁਗਲਾਂ ਦੇ ਰਾਜੇ ਮੰਨੇ ਗਏ ਨੇ ਜੀ ਬਾਬਰ ਬਿਲਕੁਲ ਆਸਾਨ ਹੈ ਯਾਦ ਰੱਖਣਾ ਤਾਂ ਤੇ ਹੁਣ ਵਾ ਟੈਸਟ ਦੀ ਵਾਰੀ ਠੀਕ ਹੈ ਜਿੰਨੇ ਕੋ ਹੁਣ ਆਪਾਂ ਨੇ ਟ੍ਰਿਕ ਨਾਲ ਯਾਦ ਕਰਨੇ ਤਾਂ ਇੱਕ ਵਾਰ ਟੈਸਟ ਲਗਾ ਲੂ ਠੀਕ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਯਾਦ ਹੋ ਜਾਣਗੇ ਸਾਰੇ ਤਾਂ ਉਹ ਤੁਹਾਨੂੰ ਦੁਬਾਰੇ ਵੀਡੀਓ ਦੇਖਣ ਦੀ ਜਰੂਰਤ ਨਾ ਪਵੇ ਆਓ ਲਗਾਉਨੇ ਆਪਾਂ ਟੈਸਟ देखो गाइस अपने ਕੋਲ ਟੈਸਟ ਹੈ ਫਰਸਟ ਕੁਐਸਚਨ ਹੈ ਜਿਹੜੀ ਟ੍ਰਿਕ ਦਿਨ ਆਪਾਂ ਯਾਦ ਕਰਾਈ ਸੀ ਠੀਕ ਹੈ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਗੇ ਤਾਂ ਤੁਹਾਨੂੰ ਆਨਸਰ इजीली ਪਤਾ ਲੱਗ ਜਾਏਗਾ ਗੁਲਾਮ ਰਾਜਵੰਸ਼ ਦੇ ਸੰਸਥਾਪਕ ਕਿਸ ਨੂੰ ਮੰਨੇ ਗਿਆ ਹੈ ਦੇਖੋ ਗੁਲਾਮ ਤੋਂ ਆਪਣੇ ਬਣਾਏ ਸੀ ਕਿਸ ਤੋਂ ਬਲੌਂ ਕਿਸ ਤਰ੍ਹਾਂ ਜਿੱਦਣ ਕਿ ਜਿਹੜੀ ਸੀ ਕੁੱਤੇ ਅੰਤਰੀ ਰਾਈਟ ਆਨਸਰ ਜੇਕਰ ਤੁਹਾਨੂੰ ਸੀਟੀ ਕੀਤਾ ਹੈ ਬਿਲਕੁਲ ਰਾਈਟ ਆਨਸਰ ਹੈ ਹੁਸਨ ਨੰਬਰ ਸੀ ਇਸ ਦੇ ਵਿੱਚ ਰਾਈਟ ਆਨਸਰ ਠੀਕ ਹੈ ਦੇਖੋ ਤੁਹਾਨੂੰ ਸਾਰੇ ਯਾਦ ਹੋ ਰਹੇ ਹੋਣਗੇ ਇਸ ਤਰ੍ਹਾਂ ਨੈਕਸਟ ਦੇਖਦੇ ਆਪਾਂ ਨੈਕਸਟ ਗਾਇਸ ਗੋਪਤ ਰਾਜਵੰਸ਼ ਦੇ ਸੰਸਥਾਪਕ ਦੇ ਤੌਰ ਤੇ ਕਿਸ ਨੂੰ ਜਾਣਿਆ ਜਾਂਦਾ ਹੈ ਬਿਲਕੁਲ ਇਸ ਟਾਈਪ ਦੇ ਕੁਐਸਚਨ ਹੈ ਜੋ ਇਗਜ਼ਾਮ ਦੇ ਵਿੱਚ ਬਣਦੇ ਨੇ ਠੀਕ ਹੈ ਉਸ ਤਰ੍ਹਾਂ ਮੈਂ ਤੁਹਾਨੂੰ ਟੈਸਟ ਦੇ ਵਿੱਚ ਪਾਇਆ ਹੋਇਆ ਇਸ ਤਰ੍ਹਾਂ ਤਾਂ ਗਾਇਸ ਗੋਪਤਰੂ ਦੇ ਵਿੱਚ ਆਪਣਾ ਜੇਕਰ ਪਛਾਣ ਨਹੀਂ ਹੋਏਗੀ ਤਾਂ ਆਪਾਂ ਕੀ ਕਹਾਂਗੇ ਉਸ ਨੂੰ ਸ਼੍ਰੀ ਜਾਂ ਸ਼੍ਰੀਮਾਨ ਜੀ ਆਪਸ਼ਨ ਨੰਬਰ ਡੀ ਜੇਕਰ ਟਿੱਕ ਕੀਤਾ ਹੈ ਬਿਲਕੁਲ ਰਾਈਟ ਆਨਸਰ ਹੈ ਉਹਨਾਂ ਦਾ ਸੋ ਆਪਸ਼ਨ ਨੰਬਰ ਡੀ ਸ਼੍ਰੀ ਗੋਪਤ ਨੈਕਸਟ ਵੇਖਦੇ ਹਾਂ ਨੈਕਸਟ ਵੇਖੋ ਗਾਇਸ ਰਾਸ਼ਟ੍ਰਕੂਟ ਰਾਜਵੰਸ਼ ਦੇ ਸੰਸਥਾਪਕ ਕੌਣ ਹਾਂ ਚਨ ਤਾਂ ਇਸ ਨੂੰ ਗਾਇਸ ਮੈਨੂੰ ਜਿਤਨ ਲੱਗਦਾ ਤੁਸੀਂ ਪੁੱਲ ਹੋਗੇ ਹੋਗੇ ਠੀਕ ਹੈ ਬਿਲਕੁਲ ਤੁਹਾਨੂੰ ਇਸ ਆਣੀ ਦਿਨ ਯਾਦ ਹੋ ਗਿਆ ਹੋਵੇਗਾ ਤੇ ਤੁਹਾਨੂੰ ਆਪ ਨੂੰ ਫੀਲ ਹੋ ਰਿਹਾ ਹੋਵੇਗਾ ਵੀ ਹਾਂ ਯਾਦ ਹੋ ਰਹੀ ਨੇ ਜਿਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਕਰ ਦਿਓ ਠੀਕ ਹੈ ਮੇਰੇ ਆ ਫੁੱਟ ਲਈ ਤਾਂ ਵੇਖੋ ਗਾਇਸ ਇਸ ਦਾ ਰਾਈਟ ਆਨਸਰ ਸੀ ਸੋ ਆਪਸ਼ਨ ਨੰਬਰ ਸੀ ਜਨ ਕਿ ਕੁੱਟਣਾ ਠੀਕ ਹੈ ਉਸਦੇ ਕੁੱਟ-ਕੁੱਟ ਕੇ ਜੋ ਦੰਦ ਨੇ ਬਾਹਰ ਕੱਢਣੇ ਨੇ ਤੇ ਉਹਨੂੰ ਦੁਰਗਾ ਯਾਦ ਆਜੀ ਸੋ ਰਾਸ਼ਟ੍ਰ ਕੁੱਟ ਰਾਜਵੰਸ਼ ਦਾ ਸੰਸਥਾਪਕ ਸੀ ਦੰਤੀ ਦੁਰਗ ਨੈਕਸਟ ਵੀਕ ਤੇ ਆ ਨੈਕਸਟ ਵੀਕ ਕੋ ਗਾਇਸ ਬਹਿਲੋਲ ਲੋਦੀ ਕਿਸ ਰਾਜਵੰਸ਼ ਦਾ ਸੰਸਥਾਪਕ ਸੀ ਕਈ ਵਾਰ ਕੁਐਸਚਨ ਕੁਮਾਂਕ ਵੀ ਦੇ ਦਿੰਦੇ ਨੇ ਠੀਕ ਹੈ ਜਿਵੇਂ ਕਿ ਮੈਂ ਤੁਹਾਨੂੰ ਇਸ ਵਿੱਚ ਦਿੱਤਾ ਹੈ ਤੇ ਇਸ ਦੇ ਵਿੱਚ ਹੁਣ ਰਾਜਵੰਸ਼ ਦੱਸਣਾ ਆਪਣੇ ਉਹ ਕਿਹੜੇ ਦਾ ਚਾਂਸ ਸਥਾਪਕ ਸੀ ਬੈਲ ਲੋਦੀ ਤਾਂ ਦੇਖੋ ਆਪਣੀ ਟਿੱਕੀ ਇਸ ਦੇ ਵਿੱਚ ਭਾਈ ਸੀ ਆਵਾਜ਼ ਆ ਰਹੀ ਸੀ ਲੋਦੀ ਤਾਂ ਕਿਸ ਦੇ ਵਿੱਚ ਚੁਆ ਰਹੀ ਇਹਨਾਂ ਵਿੱਚੋਂ ਲੋਦੀ ਵੰਸ਼ ਆਪਸ਼ਨ ਨੰਬਰ ਬੀ ਲੋਦੀ ਵੰਸ਼ ਦੀ ਸੋ ਬੈਲ ਲੋਦੀ ਕਿਸ ਰਾਜਵੰਸ਼ ਦਾ ਸਥਾਪਕ ਸੀ ਲੋਦੀ ਵੰਸ਼ ਦੀ ਦੇਖਦੇ ਨੇ ਨੈਕਸਟ ਕੁਐਸਚਨ ਨੈਕਸਟ ਗਾਇਸ ਮੋਗਲ ਰਾਜਵੰਸ਼ ਦਾ ਮਹਾਨ ਰਾਜਾ ਕੌਣ ਸੀ ਜਿਸ ਨੇ ਮੋਗਲ ਵੰਸ਼ ਦੀ ਸਥਾਪਨਾ ਕੀਤੀ ਸੀ ਤਾਂ ਬਿਲਕੁਲ ਈਜ਼ੀ ਹੈ ਮੁਗਲ ਰਾਜਵੰਸ਼ ਵਾਲਾ ਆਪਸ਼ਨ ਨੰਬਰ ਡੀ ਬਾਬਰ ਜੀ ਦੇਖਦੇ ਆ ਨੈਕਸਟ ਨੈਕਸਟ ਗਾਇਸ ਆਪਣੇ ਕੋਲ ਹਰੀਆਂਖ ਖਾਨਦਾਨ ਦੇ ਸੰਸਥਾਪਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਤਾਂ ਉਹ ਸੀ ਗਾਇਸ ਆਪਸ਼ਨ ਨੰਬਰ ਸੀ ਜੇਕਰ ਟਿੱਕ ਕੀਤਾ ਬਿਲਕੁਲ ਰਾਈਟ ਆਨਸਰ ਬੀਬੀ ਸਾਰ ਹਰੀ ਭਗਵਾਨ ਨੇ ਜੋ ਸੋਨਨੋਂ ਆਪਾਂ ਆਂਕ ਨਹੀਂ ਸਕਦੇ ਠੀਕ ਹੈ ਉਹ ਬੀਬੀ ਸਾਰ ਨੇ ਬੀਬੀ ਸਾਰ ਤੋਂ ਪਹਿਲਾਂ ਸੀ ਬੀਬੀ ਸਾਰ ਹਰੀ ਭਗਵਾਨ ਉਹਨਾਂ ਨੂੰ ਆਪਾਂ ਆਂਕ ਨਹੀਂ ਸਕਦੇ ਸੋ ਉਹਨਾਂ ਦਾ ਜੋ ਸਾਰੇ ਬੀਸਾਰ ਹੈ ਜਨ ਕਿ ਬੀਬੀ ਸਾਰ ਨੈਕਸਟ ਵੀ ਕਰਦੇ ਹਾਂ ਨੈਕਸਟ ਗਾਇਸ ਆਪਣੇ ਕੋਲ ਪਾਲ ਰਾਜਵੰਸ਼ ਦਾ ਸੰਸਥਾਪਕ ਮੰਨਿਆ ਗਿਆ ਹੈ ਤਾਂ ਪਾਲ ਤੋਂ ਬਣਾਇਸੀ ਆਪਣੇ ਗੋਪਾਲ ਜਨ ਕਿ ਪਾਲ ਦੋ ਸ਼ਬਦ ਪਿੱਛੇ ਦੀ ਤਾਂ ਇੱਥੇ ਵੀ ਦੋ ਸ਼ਬਦ ਦੇ ਪਿੱਛੇ ਦੋ ਦੇਖੋ ਪਾਲ ਤਾਂ অপਸ਼ਨ ਨੰਬਰ A ਇਸ ਦੇ ਵਿੱਚ ਰਾਈਟ ਆਨਸਰ ਨੈਕਸਟ ਵੀ ਕਰਦੇ ਹਾਂ ਨੈਕਸਟ ਗਾਇਸ ਵਿਜੇਨਗਰ ਸਾਮਰਾਜ ਦੇ ਬਾਨੀ ਕਿਸ ਨੂੰ ਮੰਨਿਆ ਗਿਆ ਹੈ ਸ co ਸੰਸਥਾਪਕ ਦੇ ਤੌਰ ਤੇ ਮੰਨਿਆ ਗਿਆ ਜੀ ਜਿੱਕਰ ਆਪਣੇ ਕਿਸੇ ਵੀ ਨਗਰ ਤੇ ਸਥਾਪਨਾ ਜਨ ਕਿ ਵਿਜੇ ਪ੍ਰਾਪਤ ਕਰਨੀ ਸੀ ਤਾਂ ਉਸ ਲਈ ਇਹ ਪਨ ਕੀ ਟ੍ਰਿਕ ਬਣੀ ਸੀ ਹਰੀ ਭਗਵਾਨ ਦਾ ਨਾਮ ਲੈਣਾ ਪਊਗਾ ਹਰ ਟਾਈਮ ਤੇ ਇਹ ਆਪ ਨੂੰ ਬੁੱਕਾ ਪਾਣੇ ਪਏਗਾ ਜੇਕਰ ਆਪਸ਼ਨ ਨੰਬਰ ਬੀ ਟਿੱਕ ਕੀਤਾ ਬਿਲਕੁਲ ਰਾਈਟ ਆਨਸਰ ਹੈ ਇਹਨਾਂ ਦਾ ਆਪਸ਼ਨ ਨੰਬਰ ਪੀ ਰਾਈਟ ਆਨਸਰ ਨੈਕਸਟ ਕੁਐਸਚਨ ਵੇਖਦੇ ਹਾਂ ਗਾਇਸ ਨੈਕਸਟ ਗਾਇਸ ਗਿਆਸੁਦੀਨ ਤਉਗਲਕ ਕਿਸ ਰਾਜਵਾਂਸ਼ ਦੇ ਸੰਸਥਾਪਕ ਮੰਨੇ ਗਏ ਹਨ ਚੁੱਪ ਗਿਆਸੁਦੀਨ ਤਉਗਲਕ ਸੀ ਇਸ ਤੋਂ ਬਣਾਇ ਸੀ ਆਪ ਗਿਆ ਠੀਕ ਹੈ ਦਿਨ ਦੇ ਵਿੱਚ ਤੱਗਿਆ ਆਪਾ ਗਲਤੋ ਬਣਾਇਆ ਸੀ ਕੋਈ ਫਲ ਹੈ ਜ ਫਰੂਟ ਹੈ ਠੀਕ ਹੈ ਕਿ ਜੇ ਤਾਂ ਸਬਜੀ ਵੀ ਹੋ ਸਕਦੀ ਹੈ ਸੋ ਗਲ ਜਾਂਦੀ ਹੈ ਤਾਂ ਮਤਲਬ ਗਿਆ ਤਾਂ ਆਪਸ਼ਨ ਨੰਬਰ ਸੀ ਇਸ ਦੇ ਵਿੱਚ ਰਾਈਟ ਆਨਸਰ ਤੁਗਲਕ ਗਲ ਗਲ ਗਿਆ ਤਾਂ ਜਿਸ ਤੋਂ ਰਿਲੇਟ ਕੀਤਾ ਸੀ ਆਪਾਂ ਨੇ ਸੋ ਤੁਗਲਕ ਖਾਨਦਾਨ ਦੇਖਦੇ ਨੇ ਨੈਕਸਟ ਕੁਸ਼ਚਨ ਨੈਕਸਟ ਗਾਇਸ ਆਪਣੇ ਕੋਲ ਆਨੰਦ ਖਾਨਦਾਨ ਦਾ ਸੰਸਥਾਪਕ ਇਹਨਾਂ ਨੂੰ ਕਿਸ ਨੂੰ ਮੰਨਿਆ ਗਿਆ ਹੈ ਤਾਂ ਜੇ ਆਨੰਦ ਖਾਨਦ ਦੀ ਸੰਸਥਾਪਕ ਮੰਨੇ ਗਏ ਨੇ ਗਾਇਸ ਆਪਣੇ ਬਣਾਏ ਸੀ ਨਾਂ ਤੋਂ ਆਨੰਦ ਤੇ ਵਿਅਕਤੀ ਨੂੰ ਅਨੰਦ ਕਦੋਂ ਆਉਂਦਾ ਹੈ ਜਦੋਂ ਕੋਈ ਤੋਹਫਾ ਆ ਜਾ ਅਵਾਰਡ ਇਸ ਤਰ੍ਹਾਂ ਮਿਲਦਾ ਹੈ ਉਸ ਨੂੰ ਅਨੰਦ ਆ ਜਾਂਦਾ ਹੈ ਤਾਂ ਆਪਣੇ ਕਿਸੇ ਵਿੱਚ ਕੀਤਾ ਸੀ ਪਦਮ ਅਵਾਰਡ ਦੇ ਨਾਲ ਸੋ ਆਪਸ਼ਨ ਨੰਬਰ ਡੀ ਜੇਕਰ ਟਿੱਕ ਕੀਤਾ ਬਿਲਕੁਲ ਰਾਈਟ ਆਨਸਰ ਸੋ ਪਦਮ ਅਵਾਰਡ ਦੇ ਨਾਲ ਠੀਕ ਹੈ ਸਨਮਾਨਯੋਗ ਵਿਅਕਤੀ ਸੀ ਉਹਨਾਂ ਨੂੰ ਪਦਮ ਅਵਾਰਡ ਨਾਲ ਨਮਾਜੇ ਗਿਆ ਸੋ ਅਨੰਦ ਆ ਗਏ ਸੀ ਉਹਨਾਂ ਨੂੰ ਤਾਂ ਇਸ ਤਰ੍ਹਾਂ ਯਾਦ ਰੱਖ ਲਿਓ ਤੁਸੀਂ ਦੇਖਦੇ ਨੇ ਨੈਕਸਟ ਕੁਐਸਚਨ ਨੈਕਸਟ ਗਾਈਜ਼ ਆਪਣੇ ਕੋਲ ਸੁੰਗ ਵੰਸ਼ ਦਾ ਸੰਸਥਾਪਕ ਇਹਨਾਂ ਵਿੱਚੋਂ ਕੌਣ ਸੀ ਤਪਸ ਸੁੰਗ ਦੀ ਗੱਲ ਕੋਈ ਸੀ ਕਿਸ਼ੂਚੀ ਨੂੰ ਆਪਾਂ ਸੁੰਗਣਾ ਤਾਂ ਆਪਾਂ ਕਿਸ ਨੂੰ ਸੰਗਣਾ ਚੀਜ਼ ਵਾਰ ਜੋ ਟ੍ਰਿਕ ਦੇ ਰਿਲੇਟਡ ਉਹ ਆਪਣੇ ਮਿੱਤਰ ਨੂੰ ਯਾਨਕੀ ਫਰੈਂਡ ਨੂੰ ਠੀਕ ਹੈ ਆਪਸ਼ਨ ਨੰਬਰ ਸੀ ਇਸ ਦੇ ਵਿੱਚ ਰਾਈਟ ਆਨਸਰ ਸੀ ਜੋ ਆਪਣੇ ਮਿੱਤਰ ਨੂੰ ਪੁੱਛਿਆ ਸੀ ਆਪਾਂ ਨੇ ਸੰਗਣ ਸੰਗਣ ਦੇ ਲਈ ਠੀਕ ਹੈ ਫਿਰ ਸੰਗ ਕੇ ਵੇਖੇ ਚੀਜ਼ ਖਰਾਬ ਹੋਈ ਕਿ ਨਹੀਂ ਤਾਂ ਪੁੱਛਿਆ ਆਪਾਂ ਆਪਣੇ ਮਿੱਤਰ ਨੂੰ ਤਾਂ ਮਤਲਬ ਬਣ ਗਿਆ ਸੰਗਵਾਂਛੇ ਸੰਸਥਾਪਕ ਪੁੱਛਿਆ ਮਿੱਤਰ ਵੇਖੋ ਗਾਇਜ਼ ਆਪਾਂ ਨੇ ਜੋ ਕਿ ਹਿਸਟਰੀ ਦਾ ਰਿਲੇਟਡ ਆਪਣੇ ਜਿੰਨੇ ਵੀ ਸੰਸਥਾਪਕ ਸੀ ਯਾਨਕੀ ਫਾਊਂਡਰ ਠੀਕ ਹੈ ਰਾਜਮਨਸ਼ਾ ਦੇ ਉਹ ਆਪਾਂ ਨੇ ਟ੍ਰਿਕ ਦੇ ਨਾਲ ਯਾਦ ਕਰ ਲਈ ਤੇ ਤੁਹਾਨੂੰ ਟੈਸਟ ਵੀ ਇਸ ਦੇ ਵਿੱਚ ਦਿੱਤਾ ਤੇ ਤੁਹਾਨੂੰ ਯਾਦ ਵੀ ਹੋ ਗਏ ਉਹਨਾਂ ਇਸ ਵੀਡੀਓ ਦੇ ਵਿੱਚ ਤੇ ਮੈਨੂੰ ਲੱਗਦਾ ਹੁਣ ਤੁਸੀਂ ਦੁਬਾਰੇ ਪਹੁੰਚੇ ਹੋਵੋਗੇ ਨੂੰ ਤੇ ਜੇਕਰ ਤੁਹਾਨੂੰ ਮਾੜਾ ਮਾੜਾ ਕੋਈ ਡਾਊਟ ਲੱਗਦਾ ਤਾਂ ਇੱਕ ਵੀਡੀਓ ਨੂੰ ਵੀਡੀਓ ਨੂੰ ਹੋਰੋਂ ਦੇਖ ਲਿਓ ਠੀਕ ਹੈ ਬਾਕੀ ਇਹਨਾਂ ਦੇ ਵਿੱਚ ਵੀ ਕੁਐਸਚਨ ਬਣਦੇ ਨੇ ਵਾਰ-ਵਾਰ ਸੋ ਇਹਨਾਂ ਦੇ ਵਿੱਚ ਕੁਮਾਕ ਫਾਰਾ ਕੇ ਕੁਐਸਚਨ ਬਣ ਹੀ ਜਾਂਦੇ ਨੇ ਤੇ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਤੁਹਾਨੂੰ ਹੋਰ ਕਿਸ ਟੌਪਿਕ ਦੀ ਵੀਡੀਓ ਚਾਹੀਦੀ ਹੈ ਤੁਸੀਂ ਨੀਚੇ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਉਹ ਵੀ ਆਪਾਂ ਟ੍ਰਿਕ ਨਾਲ ਪੇਸ਼ ਕਰ ਦਾਂਗੇ ਤੁਹਾਨੂੰ ਤੇ ਜੇਕਰ ਚੈਨਲ ਦੇ ਨਾਮ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਵਾਲੇ ਆਈਕਨ ਨੂੰ ਜ਼ਰ ਤੇ ਤੁਸੀਂ ਸਾਡੇ ਨਾਲ ਜੁੜ ਕੇ ਸੋ ਪੰਜਾਬ ਪੇਪਰ ਦੀ ਸਾਰੀ ਤਿਆਰੀਆਂ ਜੋ ਕਰ ਸਕੋ ਮਿਲਦੇ ਆ नेक्स्ट ਵੀਡੀਓ ਤੇ नेक्स्ट ਟਾਈਮ ਓਕੇ ਥੈਂਕ ਯੂ ਥੈਂਕਸ ਫॉर ਵਾਚਿੰਗ